ਹਾਂਜੀ ਸਰਨ ਮੇਰੇ ਵੱਲੋਂ ਪਿਆਰੇ ਸਤਿਕਾਰਯੋਗ ਨਮਸਕਾਰ ਅਦਾਬ ਵਰ ਸਲਾਮ ਜੀ ਤੇ ਹੌਸਨਾ ਸਰਾਂ ਦਾ ਕੀ ਹਾਲ ਚੱਲਿਆ ਜੀ ਮੈਂ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਜੀ ਪਬਲਿਕ ਡਿਮਾਂਡ ਤੇ ਇਨਫੋਰਮੇਸ਼ਨ ਦੀ ਵੀਡੀਓ ਲੈ ਕੇ ਆਇਆ ਹਾਂ ਅਬਾਊਟ ਜਰ 2400 ਦਾ ਦਮੰਦਾ ਆਇਆ ਤੇ ਜਿਹੜਾ 2400 ਮਿਲਣਾ ਹੈ ਸਤਜੋਣਾ ਲੈ ਕੰਮ ਕਰਨ ਵਾਲਿਆਂ ਨੂੰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ 'ਕੀ ਬੇਨਤੀ ਕਰਦਾ ਕਿ ਮੇਰੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਕਿਉਂਕਿ ਇੰਨੇ ਵਿਊ ਮੇਰੀ ਵੀਡੀਓ ਦੇ ਨਹੀਂ ਹੁੰਦੇ ਤੇ ਸਾਰਿਆਂ ਤੱਕ ਇਹ ਖਬਰ ਨਹੀਂ ਪੁੱਜਦੀ ਟਿਕਟੋਕ ਤੇ ਤੁਸੀਂ ਸਪੋਰਟ ਕਰ ਦਿਓ ਇੱਥੇ ਵੀ ਫੁੱਲ ਸਪੋਰਟ ਕਰੋ ਜਿੰਨਾ ਸਬਸਕ੍ਰਾਈਬ ਕਰ ਸਕਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਜਿੰਨੀ ਤੁਸੀਂ ਵੀਡੀਓ ਸ਼ੇਅਰ ਕਰ ਸਕਦੇ ਹੋ ਕਰੋ ਤਾਂ ਜੋ ਸਾਰਿਆਂ ਤੱਕ ਜਿਹੜੀ ਕੰਪਲੀਟ ਇਨਫੋਰਮੇਸ਼ਨ ਆ ਉਹ ਪਹੁੰਚ ਜਾਵੇ ਕਿਉਂਕਿ YouTube ਤੇ ਜਿਹੜੀ ਸੋਰੀ ਟਿਕਟੋਕ ਤੇ ਜਿਹੜੀਆਂ ਵੀਡੀਓਜ਼ ਨੇ ਉਹ 1 ਮਿੰਟ ਦੀ ਮੈਕਸਿਮਮ ਪੈਂਦੀ ਆ ਤੇ ਉਹ ਪਾਰਟਸ ਵਿੱਚ ਬਣਾਉਣੀ ਪੈਂਦੀ ਤੇ ਸਾਰੇ ਪਾਰਟਸ ਜਦੋਂ ਮੈਂ ਵੀਡੀਓ ਅੱਗੇ ਤੋਂ ਅੱਗੇ ਪਾਈ ਜਾਂਦਾ ਪਾਰਟਸ ਥੱਲੇ ਚਲ ਜਾਂਦੇ ਆ YouTube ਤੇ ਤੁਸੀਂ ਬੋਨਸ ਦਾ ਨਾਮ ਲਿਖ ਕੇ ਸਰਚ ਮਾਰ ਸਕਦੇ ਹੋ ਤੇ ਤੁਹਾਨੂੰ ਉੱਥੇ ਫੁੱਲ ਇਨਫੋਰਮੇਸ਼ਨ ਮਿਲ ਜੂਗੀ ਜੋ ਮੈਂ ਦਿੰਨਾ ਹੁਣਾ ਹੈ ਇਹ ਇੱਕ ਸ਼ਾਰਟ ਵੀਡੀਓ ਹੈ ਸਿਰਫ ਉਹ ਉਹਨਾਂ ਲਈ ਜਿਨ੍ਹਾਂ ਨੇ ਮੈਨੂੰ ਪੁੱਛਿਆ ਸੀਗਾ ਕਿ ਇਹਦਾ ਦਮੰਦਾ ਕੌਣ-ਕੌਣ ਕਰ ਸਕਦੇ ਨੇ ਤੇ ਨਵਾਂ ਦਮੰਦਾ ਕਰਨਾ ਪਊਗਾ ਜਾਂ ਫਿਰ ਨਹੀਂ ਕਰਨਾ ਪਊਗਾ ਤੇ ਸ਼ੁਰੂ ਕਰਦੇ ਹਾਂ ਜੀ ਬੋਨਸ ਜਿਹੜਾ 200 2400 ਤੱਕ ਮਿਲਣਾ ਹੈ ਕੀ ਹਾਲ ਦੇ ਰਿਤੋ ਅਲ ਬੋਨਸ ਇਮਸ ਉਨਾ ਤੰਟਮ ਮਰੇਕ ਕੌਣ-ਕੌਣ ਇਹ ਜਿਹੜਾ ਬੋਨਸ ਲੈ ਸਕਦਾ ਹੈ ਠੀਕ ਹੈ ਜੀ ਲਾਰਟੀਕਲ ਦੇ ਇਸ ਡਿcrets ਇਨ ਕਵੈਸਟੀਓਨੇ ਆ ਪ੍ਰੇਵਿਸਟੋ ਲੇਰੋਗਾਸਿਓਨ ਡੀ ਉਨਾਟੰਟਮ ਇਡੈਂਿਤਾ ਇਡੈਂਿਤਾ ਉਨਾਟੰਟਮ ਪਰਲੇ ਸੇਗੁਐਂਤੇ ਟਿਪੋਲੋਜੀ ਡੀ ਲਾਬੋਰਟੋਰੀ ਜਿਰਾ 8 10 ਡਿcretsੋ ਸੁਸਤੇਨਿਓਦਾਏ ਉਹਦੇ ਵਿੱਚ ਜੋ ਜੋ ਲਿਖਿਆ ਆ ਜਿਹੜੇ 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 ਵਰਕਰਸ ਇਸ ਬੋਨਸ ਲਈ ਅਪਲਾਈ ਇਸ ਬੋਨਸ ਲਈ ਅਪਲਾਈ ਕਰ ਸਕਦੇ ਨੇ ਉਹ ਕਿਹੜੇ ਕਿਹੜੇ ਨੇ ਠੀਕ ਜੀ ਇ ਲਾਬੋਰਟੋਰੀ ਸਟਾਜੋਨਾਲੀ ਐ ਇ ਲਾਬੋਰਟੋਰੀ ਦੀ ਸੋਮਿਸਟ੍ਰਾਸਿਓਨੇ ਡੇ ਸੈਟਟੋਰੀ ਡੇ ਟੂਰੀਸਮੋ ਐ ਡੇਲੀ ਸਟਾਬਲਿਮੇਂਟੀ ਟਰਮਾਲੀ ਜਿਹੜਾ ਸੀਜ਼ਨਲੀ ਕੰਮ ਕਰਦੇ ਨੇ ਠੀਕ ਹੈ ਜੀ ਟੂਰਿਜ਼ਮ ਲਾਈਨ ਵਿੱਚ ਤੇ ਸ਼ਹੀ ਜਿਹੜੇ ਸ਼ੀਪ ਲੈਂਡ ਹੁੰਦੇ ਨੇ ਠੀਕ ਹੈ ਜੀ ਉਹਨਾਂ ਵਿੱਚ ਈ ਲਵਰ ਤਰੀ ਡਿਪੈਂਡੈਂਟੀ ਸਟਾਜਨਲੀ ਅਪਰਤਨੈਂਤੀ ਆ ਸੈਕਟਰੀ ਡਿਵਰਸੀ ਦਾ ਕੁਐਲੀ ਦੇਲ ਟੂਰਿਜ਼ਮ ਇਹ ਦੇ ਲਿਸਟ ਆਵੇਂ ਮੁਦੀ ਤਰਮਾਲੀ ਈ ਲਵਰ ਤਰੀ ਇੰਟਰਮੀਟੈਂਟੀ ਜਿਹੜੇ ਬੰਦੇ ਕਿਸੇ ਹੋਰ ਸੈਕਟਰ ਵਿੱਚ ਕੰਮ ਕਰਦੇ ਨੇ ਸੀਜ਼ਨਲੀ ਟੂਰਿਜ਼ਮ ਲਾਈਨ ਨੂੰ ਛੱਡ ਕੇ ਵੀ ਸੀਜ਼ਨ ਦਾ ਸੀਜ਼ਨ ਲਈ ਕਿਸੇ ਵੀ ਟੰਗ ਦਾ ਕੰਮ ਕਰਦੇ ਹੋਣ ਕਿਸੇ ਵੀ ਟੰਗ ਦਾ ਕੰਮ ਕਰਦੇ ਹੋਣ ਸੀਜ਼ਨ ਸੀਜ਼ਨ ਦਾ ਸੀਜ਼ਨ ਲਾਉਂਦੇ ਹੋਣ ਉਹ ਵੀ ਦਮੰਦਾ ਕਰ ਸਕਦੇ ਨੇ ਖੇਤੀਬਾੜੀ ਨੂੰ ਸਾਈਡ ਤੇ ਕਰਕੇ ਜਿਹੜਾ ਖੇਤੀਬਾੜੀ ਦੇ ਸੀਜ਼ਨ ਕੰਮ ਕਰਦੇ ਨੇ ਸੀਜ਼ਨ ਲਈ ਕੰਮ ਕਰਦੇ ਨੇ ਉਹ ਇਹਦੇ ਵਿੱਚ ਇਨਕਲੂਡਡ ਨਹੀਂ ਨੇ ਜਿਹੜੇ ਹੋਰ ਕਿਸੇ ਵੀ ਟੰਗ ਦਾ ਸੀਜ਼ਨ ਲਈ ਕੰਮ ਕਰਦੇ ਨੇ ਉਹ ਦਮੰਦਾ ਕਰ ਸਕਦੇ ਨੇ ਲੇਕਿਨ ਜਿਹੜਾ ਖੇਤੀਬਾੜੀ ਵਿੱਚ ਕੰਮ ਕਰਦੇ ਨੇ ਜੀ ਉਹ ਦਮੰਦਾ ਨਹੀਂ ਕਰ ਸਕਦੇ ਸਤਾਲਿਆਂ ਵਾਲੇ ਵੀ ਦਮੰਦਾ ਨਹੀਂ ਕਰ ਸਕਦੇ ਜੀ ਈ ਲੈਬੋਰਟਰੀ ਐਟੋਨਮੀ ਆਕਾਜ਼ਨੀ ਆਲੀ ਇਹਦਾ ਮੈਨੂੰ ਇਟਾਲੀਅਨ ਚ ਪਤਾ ਹੈ ਕੀ ਮਤਲਬ ਹੈ ਮੈਨੂੰ ਪੰਜਾਬੀ ਚ ਐਕਸਪਲੇਨ ਕਰਨਾ ਨਹੀਂ ਹੋਣਾ ਇਸ ਕਰਕੇ ਅਸੀਂ ਦੀ ਸੀ ਕਰਾਂਗੇ ਟਰਾਂਸਲੇਟ ਕਦੇ ਕਦੇ ਸਵੈ ਰੁਜ਼ਗਾਰ ਵਾਲੇ ਕੰਮ ਜਿਹੜਾ ਆਪਣਾ ਕੰਮ ਕਦੇ ਕਦੇ ਕਰਦੇ ਨੇ ਆਪਣਾ ਕੰਮ ਕਰਦੇ ਨੇ ਉਹ ਵੀ ਦਮੰਦਾ ਕਰ ਸਕਦੇ ਨੇ ਜਿਨ੍ਹਾਂ ਦੇ ਹੁਣ ਕੰਮ ਠੱਪ ਹੋਏ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਹੋ ਸਕਦਾ ਆਪਣਾ ਕੰਮ ਠੀਕ ਹੈ ਜੀ ਇ ਲਵਰਾਟੋਰੀ ਇਨਕਾਰਿਕਾਤੇ ਅਲੇ ਵੈਂਦੀਤੇ ਆ ਦੋਮਿਚੀਲਿਓ ਇਹ ਜਿਹੜੇ ਬੰਦੇ ਆ ਇਹ ਲੈਬਰਾਟਰੀ ਇਨ ਕਰੀਗਤੀ ਵਾਲੇ ਵੇਂ ਦਿੱਤੇ ਅਦਮਿਚਿਲੀਓ ਜਿਹੜਾ ਘਰ ਘਰ ਸਮਾਨ ਵੇਚਦੇ ਨੇ ਉਹ ਵੀ ਦੁਮੰਦਾ ਕਰ ਸਕਦੇ ਨੇ ਇਹ ਜਿਹੜਾ ਇਹ ਕੈਟਾਗਰੀ ਹੈ ਜੀ ਜਿਹੜੀ ਆਹ ਜਿਹੜੀ ਕੈਟਾਗਰੀ ਹੈ ਇਹ ਜਿਹੜੇ ਪਿਛਲੇ ਦੇ ਕਰਤੋਂ ਆਏ ਸੀਗੇ ਪਿਛਲੇ ਸਾਲ ਤੱਕ ਜਿਹੜੇ ਵਿਕਰੇਤੋਂ ਆਏ ਨੇ ਜਿੰਨੇ ਵੀ ਸੀਜ਼ਨ ਵਾਲੇ ਕੰਮ ਲਈ ਉਹਨਾਂ ਵਿੱਚ ਆਹ ਕੈਟਾਗਰੀ ਐਡ ਨਹੀਂ ਸੀਗੀ ਇਹ ਨਵੀਂ ਕੈਟਾਗਰੀ ਐਡ ਹੋਈ ਹੈ ਜੀ ਸਿਰਫ ਤੇ ਸਿਰਫ ਵਿਕਰੇਤੋਂ ਸੁਸਤੇ ਇਨ ਵਿੱਚ ਇਹ ਪਿਛਲੇ ਸਾਲ ਨਹੀਂ ਸੀਗਾ ਇਹ ਨਵੀਂ ਕੈਟਾਗਰੀ ਐਡ ਹੋਈ ਹੈ ਇਹ ਲਵਰਟਰੀਆ ਟੈਂਪੋ ਡਿਟਰਮੀਨਾਟੋ ਹੈ ਦੇ ਸੈਕਟਰਸ ਡੈਲ ਟੂਰਿਸਮੋ ਐ ਡੈਲੀ ਸਟਾਬਿਲਿਮੈਂਟੀ ਟਰਮਾਲੀ ਜਿਹੜੇ ਡਿਟਰਮੀਨਾਟੋ ਕੰਟਰੈਕਟਰਾਂ ਦੇ ਵੀ ਕੰਮ ਕਰਦੇ ਨੇ ਜਿੱਦਕ ਕਈ ਸਿਰਫ ਗਰਮੀਆਂ 'ਚ ਕੰਮ ਕਰਦੇ ਨੇ ਤੇ ਕਈ ਸਿਰਫ ਠੰਡਾ 'ਚ ਕੰਮ ਕਰਦੇ ਨੇ ਤੇ ਜਾਂ ਫਿਰ ਪੂਰਾ ਸਾਲ ਕੰਮ ਕਰਦੇ ਨੇ ਲੇਕਿਨ ਉਹਨਾਂ ਦੇ ਕੰਟਰੈਕਟੋ ਦੇ 10 ਮਹੀਨੇ ਤੋਂ ਹੁੰਦੇ ਨੇ ਜਿੱਦਾਂ ਕਿ ਮਹੀਨੇ ਦੇ ਹੋਗੇ 2 ਮਹੀਨੇ ਤੋਂ ਹੋਗੇ ਇਦਾਂ ਹੁੰਦੇ ਨੇ ਫਿਰ ਉਹਨਾਂ ਦੇ ਕੰਟਰੈਕਟ ਖਤਮ ਹੋ ਜਾਂਦੇ ਨੇ ਉਹ ਵੀ ਦੁਬੰਦਾ ਕਰ ਸਕਦੇ ਨੇ ਬਾਇਆ ਸ਼ਰਟ ਬਾਇ ਸ਼ਰਟ ਕੀ ਉਹਨਾਂ ਨੇ ਹੋਰ ਕਿਸੇ ਲਾਈਨ 'ਤੇ ਫਿਰ ਕੰਮ ਨਾ ਕੀਤਾ ਹੋਵੇ ਠੀਕ ਹੈ ਜੀ ਜਾਂ ਫਿਰ ਕੰਮ ਹੁਣ ਨਾ ਕਰ ਰਹੇ ਹੁਣ ਇਹ ਲਾਬੋਰਟੋਰੀ ਤੇ ਲੋ ਸਪੇਟਾਕੋਲੋ ਮਤਲਬ ਕਿ ਜਿਹੜੇ ਜੀ ਸਪੇਟਾਕੋਲੋ ਦਾ ਕੰਮ ਕਰਦੇ ਨੇ ਤੇ ਉਹਨਾਂ ਦੇ ਵੀ ਕੰਮ ਠੱਪ ਹੋਏ ਨੇ ਉਹ ਵੀ ਇਹਦਾ ਦਮੰਦਾ ਕਰ ਸਕਦੇ ਨੇ ਅਕਵਾਂਤੋ ਅਮੋਂਟਾ ਇਲ ਬੋਨਸ ਐਮਪਸ ਤਾਂਟੋਮ ਇਲ ਯਾਲਟ੍ਰੇ ਕਾਟੇਗੋਰੀਏ ਮਤਲਬ ਕਿ ਕਿੰਨਾ ਜਿਹੜਾ ਤੁਹਾਨੂੰ ਪੈਸੇ ਮਿਲਣਗੇ ਇਸ ਬੋਨਸ ਨਾਲ 2400 ਮਿਲੂਗਾ ਜੀ ਜਿਨ੍ਹਾਂ ਨੇ ਪਹਿਲੇ ਹੀ ਦਮੰਦਾ ਕੀਤਾ ਹੋਇਆ ਜਿਨ੍ਹਾਂ ਨੇ ਹਜ਼ਾਰ ਜੁਰਦਾ ਜਸ਼ੀਸ ਜੁਰਦਾ ਦਮੰਦਾ ਕੀਤਾ ਸੀਗਾ ਪਿਛਲੇ ਸਾਲ ਉਹਨਾਂ ਨੂੰ ਵੀ 2400 ਜੁਰਾ ਮਿਲਣਗੇ ਠੀਕ ਹੈ ਇੱਕੋ ਵਾਰ ਹੀ ਜੀ ਆ ਜਾਣਗੇ ਤੁਹਾਨੂੰ 3 ਮਹੀਨੇ ਜਿੱਦਾਂ ਮੈਂ ਪਹਿਲੇ ਕਿਹਾ ਸੀ ਕਿ ਇਹ 3 ਮਹੀਨੇ ਲਈ ਤੁਹਾਨੂੰ 800 800 800 ਜੁਰਾ ਮਿਲਣਾ ਇਦਾਂ ਨਹੀਂ ਹੈ ਜੀ 2400 ਜੁਰਾ ਤੁਹਾਨੂੰ ਇਕੱਠਾ ਹੀ ਮਿਲ ਜਾਊਗਾ ਜਾਂ ਜਿਨ੍ਹਾਂ ਨੇ ਪਹਿਲੇ ਦਮੰਦਾ ਕੀਤਾ ਐਪ੍ਰੈਲ ਐਂਡ ਤੱਕ ਤੇ ਜਿਹੜੇ ਨਵੇਂ ਦਮੰਦੇ ਕਰਨੇ ਨੇ ਉਹਨਾਂ ਨੂੰ ਮਈ ਦੇ ਅੱਧ ਤੱਕ ਪੈਸੇ ਆ ਜਾਣਗੇ ਬਾ ਪ੍ਰੈਜ਼ੈਂਟਾਂ ਤਾਂ ਉਹਨਾਂ ਨੂੰ ਮਾ ਦਮੰਦਾ ਇਹ ਮੈਨੂੰ ਕੁਐਸਚਨ ਬਹੁਤ ਪੁੱਛਿਆ ਗਿਆ ਟਿਕਟੋਕ ਤੇ ਇੰਸਟਾਗ੍ਰam ਤੇ ਇਹਦਾ ਮਤਲਬ ਕਿ ਜਿਹੜਾ ਦਮਾਂਦਾਇਆ ਉਹ ਸਾਨੂੰ ਨਵੇਂ ਤੌਰ ਤੇ ਕਰਨਾ ਪਊਗਾ ਜਾਂ ਕਿ ਪੁਰਾਣਾ ਦਮਾਂਦਾ ਹੀ ਚੱਲੂਗਾ ਠੀਕ ਹੈ ਜੀ ਇਨ ਹਤਵਸੋਨੇ della previsione ਇਹਦੇ ਵਿੱਚ ਲਿਖਿਆ ਹੋਇਆ ਜਿਵੇਂ ਪਹਿਲੇ ਹੀ ਪੜ੍ਹ ਲਈ ਸੀ ਨਿਊਜ਼ ਇਹ ਲਿਖਿਆ ਹੈ ਕਿ ਜਿਨ੍ਹਾਂ ਨੇ ਜਿਦਾਕਰ ਤੁਹਾਨੂੰ ਮੈਂ ਪਹਿਲੇ ਕਹਿ ਰਹੇ ਸੀਗਾ ਜਿਨ੍ਹਾਂ ਨੇ ਪਿਛਲੇ ਸਾਲ ਦਮਾਂਦਾ ਕੀਤਾ ਸੀ ਜਿਨ੍ਹਾਂ ਨੂੰ 600 ਯੂਰੋ ਤੇ 1000 ਯੂਰੋ ਦਾ ਦਮਾਂਦਾ ਕੀਤਾ ਹੋਇਆ ਉਹਨਾਂ ਨੂੰ ਦਮੰਦਾ ਕਰਨ ਦੀ ਕੋਈ ਲੋੜ ਨਹੀਂ ਜੀ ਉਹਨਾਂ ਨੂੰ ਆਟੋਮੈਟਿਕਲੀ ਹੀ ਪੈਸੇ ਆ ਜਾਣਗੇ ਜੇ ਉਹ ਹੋਣ ਕੰਮ ਨਹੀਂ ਕਰ ਰਹੇ ਤੇ ਜੇ ਕੰਮ ਕਰ ਰਹੇ ਨੇ ਜਿਉਂ ਦਾ ਕਿਤੇ ਕੰਟਰੈਕਟ ਹੋ ਗਿਆ ਹੈ ਤੇ ਜਾਂ ਫਿਰ ਨਾਸਪੀ ਲੈ ਰਹੇ ਨੇ ਦੀਜ਼ੂਗੋ ਪੋਸੀਓਨੇ ਲੈ ਰਹੇ ਨੇ ਜਿਹੜੀ 메ਨ ਗੱਲ ਹੈ ਜੇ ਦੀਜ਼ੂਗੋ ਪੋਸੀਓਨੇ ਲੈ ਰਹੇ ਨੇ ਉਹ ਬੰਦੇ ਉਹ ਇਹ ਦਮੰਦਾ ਨਹੀਂ ਕਰ ਸਕਦੇ ਜਾਂ ਉਹਨਾਂ ਨੂੰ ਇਹ ਪੈਸੇ ਨਹੀਂ ਆਉਣਗੇ ਤੇ ਦਮੰਦਾ ਕਿੰਨੂੰ ਕਰਨਾ ਪਊਗਾ ਜੀ ਨਵਾਂ ਦਮੰਦਾ ਸਿਰਫ ਉਹਨੂੰ ਨਵਾਂ ਕਰਨਾ ਪਊਗਾ ਜੀ ਜਿਹੜੀ ਕੀ ਨਵੀਂ ਕੈਟਾਗਰੀ ਇਸ ਦਿਕਰੇਤ ਵਿੱਚ ਮਤਲਬ ਕਿ ਇਸ ਜਿਹੜਾ ਦਿਕਰੇਤ ਤੋਂ ਸੁਸਤ ਨਹੀਂ ਆਇਆ ਵੈ ਇਹਦੇ ਵਿੱਚ ਜਿਹੜੀ ਐਡ ਹੋਈ ਹੈ ਉਹਨਾਂ ਨੂੰ ਹੀ ਨਵਾਂ ਦਮਾਂਦਾ ਕਰਨਾ ਪਊਗਾ ਇੰਤ੍ਰੋ 30 ਅਪ੍ਰੈਲੇ ਜਦੋਂ ਐਮਸ ਦਾ ਸਰਕੂਲਰ ਆ ਜਾਊਗਾ ਅਜੇ ਤੱਕ ਐਮਸ ਦਾ ਸਰਕੂਲਰ ਨਹੀਂ ਆਇਆ ਤੇ ਇਹਦਾ ਮਤਲਬ ਦਮਾਂਦਾ ਅਸੀਂ ਨਹੀਂ ਕਰ ਸਕਦੇ ਜਦੋਂ ਸਰਕੂਲਰ ਆ ਗਿਆ ਉਸ ਤੋਂ ਬਾਅਦ ਤੁਸੀਂ 30 ਅਪ੍ਰੈਲ ਦੇ ਵਿੱਚ ਵਿੱਚ ਇਹ ਦਮਾਂਦਾ ਕਰਨਾ ਹੈ ਕਾਫ ਵਿੱਚ ਜਾ ਕੇ ਜਾਂ ਫਿਰ ਐਮਸ ਦੀ ਸਾਈਟ ਤੇ ਆਨਲਾਈਨ ਕਰ ਸਕਦੇ ਹੋ ਨਮਾ ਕੈਟਾਗਰੀ ਜਿਹੜੀ ਐਡ ਹੋਈ ਹੈ ਜਿੱਦ ਤੁਹਾਨੂੰ ਮੈਂ ਪਹਿਲੇ ਕਹਰੇ ਸੀ ਜਿਹੜੇ ਡੋਮੈਸਟਿਕ ਘਰਾਂ ਵਿੱਚ ਜਾ ਕੇ ਸਮਾਨ ਵੇਚਦੇ ਨੇ ਉਹ ਨਵੀਂ ਕੈਟਾਗਰੀ ਐਡ ਹੋਈ ਹੈ ਤੇ ਉਹਨਾਂ ਨੂੰ ਦਮੰਦਾ ਕਰਨਾ ਪਊਗਾ ਜੀ ਆਸ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਓਕੇ ਸੌਰੀ ਅੱਗੇ ਵੀ ਹੈਗੀ ਹੈ ਕਵਾਂਦੋ ਸੇਰਾ ਲ'ਅਕ੍ਰੈਡਿਟਾਤੋ ਇਲ ਬੋਨਸ ਅਜੇ ਤੱਕ ਤੁਹਾਨੂੰ ਮੈਂ ਪਹਿਲੇ ਕਹਰੇ ਸੀਗਾ ਕਿ ਜਿਹੜੇ ਬੰਦਿਆਂ ਨੇ ਦਮੰਦਾ ਅਜੇ ਤੱਕ ਕਰਨਾ ਹੈ ਠੀਕ ਹੈ ਜੀ ਜਿਹੜੇ ਬੰਦਿਆਂ ਨੇ ਅਜੇ ਤੱਕ ਦਮੰਦਾ ਕਰਨਾ ਹੈ ਉਹ 3 April ਤੋਂ ਮੈਂ ਤਾਂ ਮੱਜ ਤੱਕ ਉਹਨਾਂ ਨੂੰ ਪੈਸੇ ਆ ਜਾਣਗੇ ਉਹ ਤਾਂ ਕਿ ਮੇਤਾ 1 May ਤੱਕ ਉਹਨਾਂ ਨੂੰ ਪੈਸੇ ਆ ਜਾਣਗੇ ਠੀਕ ਹੈ ਜੀ ਆਨਸ ਕਰਦਾ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਤੇ ਜੇ ਪਸੰਦ ਆਈ ਆ ਇਹਨੂੰ ਸ਼ੇਅਰ ਜਰੂਰ ਕਰਿਓ ਤੇ ਕਮੈਂਟ ਬਾਕਸ ਵਿੱਚ ਪਲੀਜ਼ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗਦੀ ਹੁੰਦੀ ਹੈ ਹਰ ਇੱਕ ਵੀਡੀਓ ਤੇ ਕਮੈਂਟ ਕਰਿਆ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਜਾਂ ਫਿਰ ਨਹੀਂ ਆਉਂਦੀ ਮਿਲਦੇ ਆਂ ਜੀ ਅਗਲੀ ਵੀਡੀਓ ਚ ਦਾਤਾ ਦੀ ਕਸਮਲਾ ਖਿਆਲ ਰੱਖਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ